ਨਮਸਕਾਰ ਦੋਸਤੋ, AMTV ਦੇਖ ਰਹੇ ਦੋਸਤਾਂ ਦਾ ਸਵਾਗਤ ਹੈ। ਫਾਜ਼ਿਲਕਾ ਦੇ ਪਿੰਡ ਹੌਜਖਾਸ ਅਤੇ ਚੱਕ ਸੜੀਆਂ ਦੇ ਵਿਚਕਾਰ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਅੱਜ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਪੀੜਿਤ ਕਿਸਾਨਾਂ ਵੱਲੋਂ ਬਿਜਲੀ ਦੀਆਂ ਤਾਰਾਂ ਵਿੱਚ ਹੋਈ ਸਪਾਰਕਿੰਗ ਦੱਸੀ ਜਾ ਰਹੀ ਹੈ। ਇੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕਈ ਏਕੜ ਕਣਕ ਦੀ ਫਸਲ ਸੜ ਕੇ ਤਬਾਹ ਹੋ ਗਈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਪੀੜਿਤ ਕਿਸਾਨਾਂ ਨੇ ਦੱਸਿਆ ਕਿ ਅੱਗ ਦਾ ਪਤਾ ਚੱਲਦੇ ਹੀ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਤਰ ਹੋ ਗਏ, ਜਿਨ੍ਹਾਂ ਵੱਲੋਂ ਰਲ ਮਿਲ ਕੇ ਅੱਗ 'ਤੇ ਕਾਬੂ ਪਾਇਆ ਗਿਆ। ਕੀ ਨਾਮ ਹੈ ਵੀਰ ਜੀ? ਕਿਹੜੇ ਪਿੰਡ ਰਹਿਣ ਵਾਲੇ ਹੋ? ਇਹ ਜ਼ਮੀਨ ਆਪਣੀ ਸੀ ਜਾਂ ਠੇਕੇ ਲਈ ਹੋਈ? ਨਹੀਂ, ਆਪਣੀ ਆਪ ਦੀ ਹੈ। ਠੀਕ ਹੈ ਜੀ, ਅੱਗ ਕਿਸ ਕਾਰਨ ਲੱਗੀ ਹੈ ਭਈਆ? ਤਾਰਾਂ ਦੀ ਬਿਜਲੀ ਆਹ ਤਾਰਾਂ ਸਾਰੀਆਂ ਖਰਾਬ ਹੋਈਆਂ ਪਈਆਂ, ਕਈ ਵਾਰ ਮਾੜੀ ਆ। ਪ੍ਰਸ਼ਾਸਨ ਜਾਂ ਸਰਕਾਰ ਕੋਲ ਕੀ ਮੰਗ ਕਰਦੇ ਹੋ? ਭਰਾਵਾ ਸਾਡਾ ਆਹੀ ਆਪਦਾ, ਸਾਨੂੰ ਜਿਹੜੀ ਸਾਡੀ ਛੜੀ ਹੈ ਸਾਨੂੰ ਮਿਲਣੀ ਚਾਹੀਦੀ ਹੈ। ਕੀ ਨਾਮ ਹੈ ਵੀਰ ਜੀ? ਦਰਸ਼ਨ ਸਿੰਘ। ਦਰਸ਼ਨ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਹੌਜਖਾਸ ਢਾਣੀਵਾਲ ਮੰਗ ਰਹੇ ਸਰਪੰਚਾਂ ਦੀ। ਜੋ ਅੱਗ ਲੱਗੀ ਜਾਂਦਾ ਕਾਰਨ ਕੀ ਹੋ? ਇਹ ਬਿਜਲੀ ਦਾ ਕਾਰਨ ਆ ਜੀ, ਅਣਗਹਿਲੀ, ਜਿਹਨੂੰ ਅਣਗਹਿਲੀ ਆਉਂਦੇ ਆ। ਸਰਕਾਰ ਕੋਲ ਕੀ ਮੰਗ ਕਰਦੇ ਹੋ? ਸਰਕਾਰ ਕੋਲ ਇਹੀ ਮੰਗ ਕਰਦੇ ਹਾਂ, ਜਿੰਨਾ ਇਹਦਾ ਨੁਕਸਾਨ ਹੋਇਆ ਸਰਕਾਰ ਭਰੇ। ਜੇ ਸਰਕਾਰ ਨੇ ਇਹ ਨਾ ਸੋਚੀ ਤਾਂ ਸਰਕਾਰ ਦੇ ਅਸੀਂ ਬਾਣੀ ਪਾ ਦੇਵਾਂਗੇ ਸਰਕਾਰ ਨੂੰ। ਪ੍ਰਸ਼ਾਸਨ ਹਾਂਜੀ, ਚਲ ਗਾਹਾਂ ਵਾਸਤੇ ਜੇ ਕਿਤੇ ਗਾਹਾਂ ਹੋਰ ਨੁਕਸਾਨ ਹੋ ਗਿਆ, ਅਸੀਂ ਜੰਗੀ ਪੱਧਰ ਦੇ ਕਿਸਾਨ ਯੂਨੀਅਨ ਵੱਧ ਤੋਂ ਵੱਧ ਧਰਨਾ ਦੇਵਾਂਗੇ ਉੱਥੇ ਪੂਰਾ। ਅਤੇ ਜਾਂ ਇਹ ਕਿਤੇ ਵੀ ਨੁਕਸਾਨ ਹੋਣ ਨਹੀਂ ਹੋਣਾ ਚਾਹੀਦਾ, ਜਿਹੜਾ ਹੋ ਗਿਆ ਇਹਦਾ ਇਹਦੇ ਆ ਕੇ ਸਾਡੇ ਨਾਲ ਗੱਲ ਕਰਨ। ਜੇ ਕਿਤੇ ਏਰੀਏ 'ਚ ਨੁਕਸਾਨ ਹੋਊਗਾ ਇਹ ਸਰਕਾਰ ਜ਼ਿੰਮੇਵਾਰ ਹੋਊਗੀ, ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ, ਬਿਜਲੀ ਮਹਿਕਮਾ। ਤੋ ਇੱਥੇ ਸਰਕਾਰ ਵੱਲੋਂ ਕੋਈ ਸੁਵਿਧਾ ਨਹੀਂ ਮਿਲੀ ਤੁਹਾਨੂੰ ਪਾਣੀ ਅੱਗ ਮਚਾਉਣ ਦੀ? ਸਰਕਾਰ ਕੋਈ, ਸਾਨੂੰ ਕੋਈ ਨਹੀਂ ਮਿਲੀ, ਜ਼ਿੰਮੇਦਾਰ ਸਾਰੇ ਆਪ ਪਹੁੰਚੇ ਆ ਭੱਜ ਭਜਾ ਕੇ, ਕੋਈ ਕਿਵੇਂ ਕੋਈ ਕਿਵੇਂ। ਮੈਨੂੰ ਲੱਗਦਾ 30-40 ਹਜ਼ਾਰ ਬੰਦਾ ਇਕੱਠਾ ਹੋਇਆ ਇੱਥੇ ਅਤੇ ਮਸਾਂ ਕੰਟਰੋਲ ਕਰਿਆ। ਅੱਗ ਬਹੁਤ, ਜੇ ਹਵਾ ਤੇਜ਼ ਹੁੰਦੀ ਤਾਂ ਇਹਨੇ ਕੋਈ 100 ਏਕੜ 200 ਏਕੜ ਪਤਾ ਨਹੀਂ ਵੀ ਕਿੰਨੀ ਸੜ ਜਾਣੀ ਸੀਗੀ। ਹਵਾ ਹੁੰਦੀ ਪਿੰਡਾਂ ਦੇ ਪਿੰਡ ਉੱਡਣੇ ਸੀਗੇ।